ਲੋਕ ਸਭਾ ਚੋਣਾਂ 2024 ਦੇ ਚਲਦੇ ਦੇਸ਼ ਭਰ ਅੰਦਰ ਸਿਆਸਤ ਪੂਰੀ ਭੱਖ ਚੁੱਕੀ ਹੈ, ਜਿਸ ਦੇ ਤਹਿਤ ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਰੋਡ ਸ਼ੋਅ ਰੈਲੀਆਂ ਜਾਰੀ ਨੇ। ਕੇਂਦਰ 'ਚ ਸੱਤਾ ਦੀ ਚੌਧਰ ਨੂੰ ਲੈ ਕੇ ਹਰ ਤਰ੍ਹਾਂ ਦੇ ਸਿਆਸੀ ਸਮੀਕਰਨਾਂ ਦੇ ਮੁਤਾਬਕ ਹੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਚੋਟੀ ਦੇ ਲੀਡਰਾਂ ਉੱਤੇ ਟਿਕ ਗਈਆਂ ਨੇ ਕਿ ਆਖਿਰ ਇਸ ਵਾਰ ਕੌਣ ਬਾਜੀ ਮਾਰੇਗਾ, ਸੱਤਾ ਧਿਰ ਦੇ ਕਾਬਜ ਐਨਡੀਏ ਜਾਂ ਫਿਰ ਦੇਸ਼ ਭਰ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇਕੱਠੇ ਹੋ ਕੇ ਬਣਾਇਆ ਗਿਆ ਇੰਡੀ ਗੱਠਜੋੜ। ਇਸੇ ਮਕਸਦ ਨਾਲ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਨੂੰ ਪਿਛਲੀ ਲੋਕ ਸਭਾ ਵਾਂਗ ਹੀ ਇਸ ਵਾਰ 2 ਸੀਟਾਂ ਤੋਂ ਚੋਣ ਲੜਾਈ ਜਾ ਰਹੀ ਹੈ, ਜਿਸ 'ਚ ਵਾਇਨਾਡ ਦੀ ਸੀਟ ਜਿੱਥੋਂ ਰਾਹੁਲ ਗਾਂਧੀ ਮੌਜੂਦਾ ਸਾਂਸਦ ਨੇ ਤੇ ਦੂਜੀ ਮਹੱਤਵਪੂਰਨ ਸੀਟ ਰਾਏਬਰੇਲੀ ਤੋਂ ਰਾਹੁਲ ਗਾਂਧੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ। ਇਸ ਵਾਰ ਅਮੇਠੀ ਦੀ ਜਗ੍ਹਾ ਰਾਹੁਲ ਗਾਂਧੀ ਨੂੰ ਰਾਏਬਰੇਲੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ, ਜਿੱਥੋਂ ਸੋਨੀਆ ਗਾਂਧੀ ਲੰਬਾ ਸਮਾਂ ਸਾਂਸਦ ਰਹੇ ਨੇ। ਇੱਕ ਵਾਰ ਨਜ਼ਰ ਮਾਰ ਲੈਂਦੇ ਹਾਂ ਰਾਏਬਰੇਲੀ ਲੋਕ ਸਭਾ ਸੀਟ ਦੇ ਪਿਛਲੇ 3 ਨਤੀਜਿਆਂ ਤੇ। 2009 ਦੇ ਵਿੱਚ ਸੋਨੀਆ ਗਾਂਧੀ 481,490 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉੱਥੇ ਹੀ ਦੂਜੇ ਨੰਬਰ ਤੇ BSP ਦੇ RS ਕੁਸ਼ਵਾਹਾ 1,09,325 ਵੋਟਾਂ ਹਾਸਲ ਕੀਤੀਆਂ ਤੇ ਤੀਜੇ ਨੰਬਰ ਤੇ ਭਾਜਪਾ ਦੇ ਵੱਲੋਂ RB ਸਿੰਘ ਉਮੀਦਵਾਰ ਦੇ ਵੱਲੋਂ 25,444 ਵੋਟਾਂ ਹਾਸਲ ਕੀਤੀਆਂ। 2014 ਦੇ ਵਿੱਚ ਸੋਨੀਆ ਗਾਂਧੀ ਹੀ ਜਿੱਤੇ ਤੇ ਸੋਨੀਆ ਗਾਂਧੀ ਨੇ 526,434 ਵੋਟਾਂ ਹਾਸਲ ਕੀਤੀਆਂ। ਦੂਜੇ ਨੰਬਰ ਤੇ BJP ਰਹੀ ਤੇ BJP ਦੇ ਉਮੀਦਵਾਰ ਅਜੇ ਅਗਰਵਾਲ ਨੇ 1,73,721 ਵੋਟਾਂ ਹਾਸਲ ਕੀਤੀਆਂ। BSP ਦੇ ਪ੍ਰਵੇਸ਼ ਸਿੰਘ ਨੇ 63,633 ਵੋਟਾਂ ਹਾਸਲ ਕੀਤੀਆਂ। ਗੱਲ ਕਰੀਏ 2019 ਦੀ ਤਾਂ ਸੋਨੀਆ ਗਾਂਧੀ ਨੇ ਫਿਰ ਤੋਂ ਜਿੱਤ ਹਾਸਲ ਕੀਤੀ ਤੇ 534,918 ਵੋਟਾਂ ਹਾਸਲ ਕੀਤੀਆਂ। ਉੱਥੇ ਹੀ BJP ਦੇ ਦਿਨੇਸ਼ ਪ੍ਰਤਾਪ ਸਿੰਘ ਦੇ 367,740 ਵੋਟਾਂ ਚੋਲੀ ਪਈਆਂ। ਜੇਕਰ ਵੋਟ ਫੀਸਦ ਦੀ ਗੱਲ ਕਰੀਏ ਤਾਂ ਸਾਲ 2009 ਵਿੱਚ ਕਾਂਗਰਸ ਨੇ 72.23 ਫੀਸਦ, 2014 ਦੇ ਵਿੱਚ 63.8 ਫੀਸਦ ਤੇ 2019 ਦੇ ਵਿੱਚ ਇਹ ਵੋਟ ਫੀਸਦ ਘੱਟ ਕੇ 55.80 ਫੀਸਦ ਰਹਿ ਗਿਆ। ਉੱਥੇ 2009 ਦੇ ਵਿੱਚ BSP 16.4 ਫੀਸਦ, 2014 ਦੇ ਵਿੱਚ BSP 7.71 ਫੀਸਦ ਤੇ ਆ ਗਿਆ, ਜਦਕਿ BJP 2009 ਦੇ ਵਿੱਚ 3.82 ਫੀਸਦ, 2014 ਦੇ ਵਿੱਚ ਇਹ ਗ੍ਰਾਫ ਵਧਦਾ ਗਿਆ ਤੇ 21.2 ਫੀਸਦ ਤੇ 2019 ਦੇ ਵਿੱਚ BJP ਦਾ ਗ੍ਰਾਫ ਵੱਧ ਕੇ 38.36 ਫੀਸਦ ਹੋ ਗਿਆ। ਸ਼ਾਇਦ ਇਸੇ ਕਰਕੇ ਕਾਂਗਰਸ ਨੂੰ ਥੋੜੀ ਆਸ਼ੰਕਾ ਬਣੀ ਹੋਈ ਹੈ। ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਅਗਰ ਅਮੇਠੀ ਤੋਂ ਰਾਹੁਲ ਗਾਂਧੀ ਚੋਣ ਨਹੀਂ ਲੜ ਰਹੇ ਤਾਂ ਫਿਰ ਕਾਂਗਰਸ ਵੱਲੋਂ ਕੌਣ ਉਮੀਦਵਾਰ ਹੋਵੇਗਾ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਾਰ ਅਮੇਠੀ ਤੋਂ ਗਾਂਧੀ ਪਰਿਵਾਰ ਦੇ ਮੈਂਬਰ ਦੀ ਜਗ੍ਹਾ ਕਿਸ਼ੋਰੀ ਲਾਲ ਸ਼ਰਮਾ ਨੂੰ ਹਾਈ ਕਮਾਂਡ ਨੇ ਉਮੀਦਵਾਰ ਐਲਾਨਿਆ, ਜੋ ਕਈ ਦਹਾਕਿਆਂ ਤੋਂ ਅਮੇਠੀ ਸੀਟ ਤੇ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਸੀ। ਕਿਸ਼ੋਰੀ ਲਾਲ ਸ਼ਰਮਾ ਸੋਨੀਆ ਗਾਂਧੀ ਦੇ ਬਹੁਤ ਭਰੋਸੇਯੋਗ ਵਿਅਕਤੀ ਨੇ, ਇਸੇ ਲਈ ਪਾਰਟੀ ਨੇ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। 2019 ਦੀ ਲੋਕ ਸਭਾ ਸੀਟ ਰਾਹੁਲ ਗਾਂਧੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸੀ। ਜੇਕਰ ਗੱਲ ਕਰੀਏ ਅਮੇਠੀ ਲੋਕ ਸਭਾ ਸੀਟ ਦੇ ਪਿਛਲੇ 3 ਚੋਣ ਨਤੀਜਿਆਂ ਦੀ ਤਾਂ 2009 ਦੇ ਵਿੱਚ ਰਾਹੁਲ ਗਾਂਧੀ ਨੇ ਜਿੱਤ ਹਾਸਲ ਕੀਤੀ ਤੇ 4,64,195 ਵੋਟਾਂ ਉਹਨਾਂ ਦੀ ਝੋਲੀ 'ਚ ਪਈਆਂ ਤੇ ਉੱਥੇ ਹੀ BSP ਦੇ ਅਸ਼ੀਸ਼ ਸ਼ੁਕਲਾ ਦੇ ਹਿੱਸੇ 93,997 ਵੋਟਾਂ ਆਈਆਂ ਤੇ BJP ਦੇ ਪ੍ਰਦੀਪ ਕੁਮਾਰ ਵੱਲੋਂ 37,570 ਵੋਟਾਂ ਹਾਸਲ ਕੀਤੀਆਂ ਗਈਆਂ। 2014 ਦੇ ਵਿੱਚ ਅਮੇਠੀ ਤੋਂ ਫਿਰ ਰਾਹੁਲ ਗਾਂਧੀ ਨੇ ਬਾਜੀ ਮਾਰੀ ਤੇ 4,08,651 ਵੋਟਾਂ ਉਹਨਾਂ ਦੇ ਝੋਲੀ ਪਈਆਂ। ਉੱਥੇ ਹੀ BJP ਦੀ ਸਮ੍ਰਿਤੀ ਇਰਾਨੀ ਦੇ ਹਿੱਸੇ 3,07,48
ਵੋਟਾਂ ਆਈਆਂ। ਬੀਐਸਪੀ ਦੇ ਧਰਮਿੰਦਰ ਪ੍ਰਤਾਪ ਸਿੰਘ 57,716 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਰਹੇ। ਉੱਥੇ 2019 ਦੇ ਵਿੱਚ ਸਮ੍ਰਿਤੀ ਇਰਾਨੀ ਜਿੱਤ ਕੇ 4,68,514 ਵੋਟਾਂ ਹਾਸਲ ਕਰ ਗਏ। ਰਾਹੁਲ ਗਾਂਧੀ ਕਾਂਗਰਸ ਦੇ ਦੂਜੇ ਨੰਬਰ ਤੇ ਰਹੇ, 4,13,394 ਵੋਟਾਂ ਉਹਨਾਂ ਦੀ ਝੋਲੀ ਪਈਆਂ। ਜੇਕਰ ਅਮੇਠੀ ਦੀ ਵੋਟ ਫੀਸਦੀ ਦੀ ਗੱਲ ਕਰੀਏ ਤਾਂ ਸਾਲ 2009 ਦੇ ਵਿੱਚ ਕਾਂਗਰਸ 71.78 ਫੀਸਦ ਤੇ ਫਿਰ 2014 ਦੇ ਵਿੱਚ ਫਿਰ ਤੋਂ ਜਿੱਤ ਦਰਜ ਕਰਕੇ 46.71 ਫੀਸਦ ਤੇ ਫਿਰ 2019 ਤੇ ਇਹ ਗ੍ਰਾਫ ਘੱਟ ਕੇ 43.84 ਫੀਸਦ ਤੇ ਰਹਿ ਗਿਆ। ਉੱਥੇ ਹੀ ਬੀਐਸਪੀ 2009 ਦੇ ਵਿੱਚ 14.54 ਫੀਸਦ, 2014 ਦੇ ਵਿੱਚ 6.60 ਫੀਸਦ। ਬੀਜੇਪੀ ਦਾ ਗ੍ਰਾਫ 2009 ਦੇ ਵਿੱਚ 5.81 ਫੀਸਦ, ਜੋ ਕਿ ਫਿਰ 2014 ਦੇ ਵਿੱਚ ਵੱਧ ਕੇ 34.38 ਫੀਸਦ ਤੇ 2019 ਦੇ ਵਿੱਚ ਜਿੱਤ ਹਾਸਲ ਕਰਦਿਆਂ 49.71 ਫੀਸਦ ਤੇ ਪਹੁੰਚਿਆ। ਅੰਕੜਿਆਂ ਮੁਤਾਬਕ ਦੋਵੇਂ ਸੀਟਾਂ ਉੱਪਰ ਕਾਂਗਰਸ ਦਾ ਦਬਦਬਾ ਨਜ਼ਰ ਆ ਰਿਹਾ, ਪਰ ਇੱਥੇ ਪਿਛਲੇ 15 ਸਾਲਾਂ ਦੌਰਾਨ ਬੀਜੇਪੀ ਦੇ ਲਗਾਤਾਰ ਵੱਧ ਰਹੇ ਵੋਟ ਬੈਂਕ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ, ਜਿਸ ਦੀ ਉਦਾਹਰਣ ਅਮੇਠੀ ਦੀ ਲੋਕ ਸਭਾ ਸੀਟ ਹੈ, ਜਿੱਥੇ 2009 ਦੇ ਵਿੱਚ ਬੀਜੇਪੀ ਨੂੰ ਮਹਿਜ 5.81 ਫੀਸਦ ਵੋਟ ਮਿਲੇ, ਜੋ 2014 ਵਿੱਚ ਵੱਧ ਕੇ 34.38 ਫੀਸਦ ਹੋ ਗਏ, ਅਤੇ 2019 ਵਿੱਚ ਬੀਜੇਪੀ ਨੇ ਕਾਂਗਰਸ ਨੂੰ ਪਛਾੜ ਕੇ 49.71 ਫੀਸਦ ਵੋਟ ਹਾਸਲ ਕਰਕੇ ਸੀਟ ਆਪਣੀ ਝੋਲੀ ਪਾ ਲਈ। ਜਦਕਿ ਕਾਂਗਰਸ ਦਾ ਵੋਟ ਬੈਂਕ 2009 ਚ 71.78 ਫੀਸਦ ਤੋਂ ਘੱਟ ਕੇ 2019 ਤੱਕ ਆਉਂਦੇ ਆਉਂਦੇ 43.84 ਫੀਸਦ ਰਹਿ ਗਿਆ, ਜਿੱਥੇ ਇਸ ਵਾਰ ਕਾਂਗਰਸ ਦੇ ਲਿਹਾਜ਼ ਨਾਲ ਅਮੇਠੀ ਅਤੇ ਰਾਏਬਰੇਲੀ ਦੀ ਸੀਟ ਦੇ ਬਹੁਤ ਰਾਜਨੀਤਿਕ ਮਾਇਨੇ ਨੇ, ਤਾਂ ਉੱਥੇ ਕੇਂਦਰ ਚ ਸੱਤਾ ਧਿਰ ਤੇ ਕਾਬਜ ਬੀਜੇਪੀ ਲਈ ਇਹ ਸੀਟ ਵਕਾਰ ਦਾ ਸਵਾਲ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।